ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ, ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ, ਗੁੰਡੇ ਆਇਆ। ਆਹ ਗੱਡੀ ਹੈ PB61D00062, PB61D00062। ਐਡਵੋਕੇਟ ਕਿਡਨੈਪ ਕਰਕੇ ਲੈ ਚੱਲਿਆ, ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ। ਇਹ ਮੈਨੂੰ ਪਕੜਨ ਦੀ ਕੋਸ਼ਿਸ਼ ਕਰ ਰਿਹਾ, ਐਡਵੋਕੇਟ ਅੰਗਰੇਜ਼ ਸਿ੘ ਨੂੰ PB61D00062, PB61 ਗੱਡੀ ਦਾ ਨੰਬਰ ਹੈ, 00062 ਹੈ। ਆਹ ਗੱਡੀ ਆ PB61D00062, ਆਹ ਗੱਡੀ 'ਚ ਕਿਡਨੈਪ ਕਰਕੇ ਲੈ ਚੱਲਿਆ। ਆਹ ਗੁੰਡੇ ਆ ਵਿੱਚ ਆ ਮਾਰੀ ਜਾਂਦਾ, ਕਿਡਨੈਪ ਕਰਕੇ ਲੈ ਚੱਲਿਆ। ਇਹ ਗੁੰਡੇ ਆ ਪਤਾ ਨਹੀਂ ਕਿੱਥੋਂ ਆਇਆ। ਹਾਂਜੀ ਜੀ ਸਰ, ਕੀ ਵਾਰਦਾਤ ਹੋਈ? ਇਸ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜੇ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ, ਅਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗੱਲਬਾਤ ਹੋਈ ਆ। ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ, ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ, ਉਸ ਨੂੰ ਬੱਸ ਤੋਂ ਉੱਥੋਂ ਕਿਡਨੈਪ ਕਰਕੇ ਅਤੇ ਕੁੱਟਮਾਰ ਕਰਕੇ ਅਤੇ ਲੈ ਗਏ ਨੇ ਗੱਡੀ 'ਤੇ ਲੱਦ ਕੇ ਜੀ। ਇਸ ਬਾਰੇ ਅਜੇ ਨਹੀਂ ਪਤਾ ਲੱਗਿਆ, ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ, ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਸ ਨੇ। ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸਦੇ ਮੈਂਬਰ ਸੀਗੇ ਐਡਵੋਕੇਟ ਹੀ, ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਕਿਡਨੈਪ ਕਰਕੇ ਗੱਡੀ 'ਤੇ ਲੱਦ ਕੇ ਲੈ ਗਏ ਨੇ, ਅਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ। ਉਸ ਤੋਂ ਬਾਅਦ ਪੁਲਿਸ ਵਾਲਿਆਂ ਆਸੇ ਪਾਸੇ ਨੇ ਟਰੇਸ ਕੀਤਾ ਅਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ। ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ, ਇਹ ਕੋਠਾ ਪੱਕੀ ਤੋਂ ਨੇ ਜੀ। ਨਾਮ ਕੀ ਇਹਨਾਂ ਦਾ? ਅੰਗਰੇਜ਼ ਸਿੰਘ ਜੀ। ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮੰਦਭਾਗੀ ਘਟਨਾ ਹੋਈ ਹੈ, ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਿਡਨੈਪ ਕਰਕੇ ਦਿਨ ਦਿਹਾੜ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰੇਆਮ ਰੋਡ ਤੇ ਕਿਡਨੈਪ ਕਰਕੇ ਗੱਡੀ ਤੇ ਲੱਦ ਕੇ ਸ਼ਰੇਆਮ ਉਹਨੂੰ ਕੁੱਟਮਾਰ ਕੀਤੀ ਹੈ। ਹਾਂਜੀ, ਹੋ ਚੁੱਕੀ ਹੈ ਜੀ। ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਵਾਇਆ, ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਤੇ ਵੀ ਗਏ ਸੀਗੇ, ਪੁਲਿਸ ਵਾਲਿਆਂ ਨੂੰ ਉੱਥੇ DSP ਮੌਕੇ ਤੇ ਪਹੁੰਚੇ ਸੀਗੇ, ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ, ਖੂਨ ਲੱਗਿਆ, ਕੱਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ, ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖ਼ਤ ਕਾਰਵਾਈ ਕਰਵਾਵਾਂਗੇ। ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਹੈ, ਸਾਡੇ ਲਈ, ਸਾਡੇ ਸਮਾਜ ਲਈ ਇਹ ਬਹੁਤ ਮਾੜੀ ਗੱਲ ਹੈ ਜੀ। ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜੋ ਇਹਨਾਂ ਨੇ ਵਧੀਕੀ ਕੀਤੀ, ਕਿਡਨੈਪ ਕੀਤਾ, ਗੰਭੀਰ ਸੱਟਾਂ ਲਾਈਆਂ, ਤੇ ਇਹਦੇ ਤੇ ਸਖ਼ਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ, ਸਖ਼ਤ ਕਾਰਵਾਈ ਹੋਣੀ ਚਾਹੀਦੀ, ਅਰੈਸਟ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ। ਕਿਹੜੀ ਕਿਹੜੀ ਟ੍ਰਾਂਸਪੋਰਟ ਕੰਪਨੀ ਦੇ ਬੱਸ ਸੀ? ਇਹ ਇੱਕ ਨਾਗਪਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੀ। ਫਾਜ਼ਿਲਕਾ ਦੇ ਬੋਰ ਦੇ ਜੀ? ਫਾਜ਼ਿਲਕਾ ਦੇ ਨੇ ਜੀ। ਤੁਸੀਂ ਹਸਪਤਾਲ ਆਏ ਹੋ? ਮੈਨੂੰ ਪਤਾ ਲੱਗਿਆ ਸਰ, ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਰੌਲਾ ਝਗੜਾ ਹੋਇਆ ਸੀਗਾ, ਉਸ ਸੰਬੰਧੀ ਆਪਣੇ ਉਹ ਦਾਖਲ ਹੋਏ ਨੇ। ਠੀਕ ਹੈ ਜੀ, ਮੈਂ ਆਪਣੇ ਆਇਆ ਇੱਥੇ, ਬਿਆਨ ਬੁਨ ਆਪਾਂ ਲਿਖਦੇ ਹਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦਾ। ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ? ਹਾਂਜੀ, ਫਿਲਹਾਲ ਮੈਨੂੰ ਇਹੀ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਮਾਰਕੁੱਟ ਹੋਈ ਹੈ। ਠੀਕ ਹੈ ਜੀ, ਬਾਕੀ ਜੋ ਆਪਦੇ ਬਿਆਨ ਲਿਖਾਣਗੇ ਉਸ ਹਿਸਾਬ ਨਾਲ ਤੁਹਾਨੂੰ ਮੈਂ ਬਿਆਨ ਦੇ ਦਿੰਦਾ। ਕਿਹਾ ਜਾ ਰਿਹਾ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ?
ਹਾਂਜੀ ਕੋਈ ਕਿਹੜੇ ਥਾਣੇ ਤੋਂ ਲਿਆਏ ਨੇ ਵਕੀਲ ਨੂੰ? ਵਕੀਲ ਨੂੰ? ਹਾਂਜੀ 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 ਆਪਣੇ ਮੇਰੇ ਕੋਲ ਕੋਈ ਕਿਹੜੇ ਥਾਣੇ ਸੀ ਆਪਣੇ ਆਪਣੇ ਫਸਟ ਏਡ ਦੇਣੀ ਹੈ ਫਿਰ ਇਹਨਾਂ ਨੂੰ ਆਪਣੇ ਦੇ ਕੇ ਫਿਰ ਹੀ ਭੇਜਾਂਗੇ ਨਾ ਆਪਾਂ। ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਉੱਤੇ? ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ? ਇਸ ਬਾਰੇ ਆਪਣੇ ਕਲੀਅਰ ਕਰਦੇ ਹਾਂ ਸਰ, ਆਪਾਂ ਸਾਰਾ ਕਿਵੇਂ ਪਹੁੰਚੇ, ਕੀ ਗੱਲ ਕਹਾਣੀ ਹੈ, ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਰਟੀ ਲੈ ਆਵਾਂਗੇ।